ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸ਼ਿਵ ਮੰਦਿਰ ਨੂੰ ਜਾਣ ਵਾਲੇ ਰਸਤੇ ਰੋਹੀ ਦੇ ਕੰਢੇ ਸਫਾਈ ਸ਼ੁਰੂ ਕਰਵਾਈ ਗਈ। ਗਿੱਲ ਸਾਹਿਬ ਨੇ ਜਿੱਥੇ ਆਪ ਝਾੜੂ ਫੜ ਕੇ ਕੰਮ ਸ਼ੁਰੂ ਕਰਵਾਇਆ ਤੇ ਨਾਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਅਤੇ ਕਾਰਜ ਸਾਧਕ ਅਫਸਰ ਨੇ ਵੀ ਨਾਲ ਸਫਾਈ ਕਰਵਾਈ। ਪੱਟੀ ਰੋਹੀ ਦੇ ਲਾਗੇ ਲੱਗੇ ਕੂੜੇ ਦੇ ਵੱਡੇ ਵੱਡੇ ਢੇਰ, ਜਿਸ ਤੋਂ ਹਰ ਆਉਣ ਜਾਣ ਵਾਲਾ ਪਰੇਸ਼ਾਨ ਸੀ, ਜਿਸ ਨੂੰ ਹਲਕਾ ਵਿਧਾਇਕ ਨੇ ਆਪ ਦਿਲਚਸਪੀ ਲੈਂਦਿਆਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਸਫਾਈ ਦੀ ਸ਼ੁਰੂਆਤ ਕਰਵਾਈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਾਡਾ ਸਾਥ ਦੇਣ ਅਤੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ। ਉਹਨਾਂ ਕਿਹਾ ਕਿ ਸਾਡਾ ਸ਼ਹਿਰ ਸਾਫ਼ ਹੋਵੇਗਾ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਹ ਸਾਡੀ ਜਿਹੜੀ ਰੋਈ ਵਾਲਾ ਜੀ, ਇਹ ਰੋਈ ਸਿੱਧੀ ਸ਼ਿਵਾਲੇ ਮੰਦਰ ਨੂੰ ਜਾਂਦੀ ਹੈ, ਜਿਹੜਾ ਸਾਡਾ ਪਵਿੱਤਰ ਸਥਾਨ ਔਰ ਪ੍ਰਾਚੀਨ ਪਵਿੱਤਰ ਸਥਾਨ ਹੈ, ਜਿੱਥੇ ਲੋਕ ਹਜ਼ਾਰਾਂ ਨੇ ਲੱਖਾਂ ਦੀ ਤਾਦਾਦ ਵਿੱਚ ਲੋਕ ਬੜੀ ਸ਼ਰਧਾ ਨਾਲ ਜਾਂਦੇ ਆ। ਦੂਜੀ ਗੱਲ, ਇਹ ਸਾਡਾ ਮੱਥਾ ਹੈ ਸ਼ਹਿਰ ਦਾ, ਇੱਧਰ ਨਾਨਕਪੁਰੀ ਗੁਰਦੁਆਰਾ ਹੈ, ਇੱਧਰ ਮੰਦਰ ਆ, ਅਤੇ ਰਸਤੇ ਦੇ ਵਿੱਚ ਪਤਾ ਨਹੀਂ ਇਹ ਕਿਵੇਂ ਵੱਧ ਇੰਤਜ਼ਾਮੀ ਹੋਈ ਹੈ ਕਿ ਕਿਸੇ ਨੇ ਵੇਖਿਆ ਹੀ ਨਹੀਂ ਵੀ ਕੂੜਾ ਜਿਹੜਾ ਰਸਤੇ 'ਚ ਸੁੱਟ ਗਏ, ਦੋਵੇਂ ਪਾਸੇ ਰੋਈ ਦੇ ਭਰੇ ਨੇ। ਔਰ ਇੱਕ ਦਿਨ ਇੱਥੇ ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਆਏ ਸੀ, ਸਾਨੂੰ ਆਪਣੇ ਆਪ 'ਤੇ ਸ਼ਰਮ ਆ ਰਹੀ ਸੀ ਕਿ ਸਾਡੇ ਪੰਜਾਬ ਦੇ ਮੰਤਰੀ, ਜਿਹੜੇ ਖਾਸ ਕਰਕੇ ਲੋਕਲ ਗੌਰਮੈਂਟ ਦੇ ਸਭ ਤੋਂ ਵੱਡੇ ਮਿਨਿਸਟਰ ਨੇ, ਉਹ ਇੱਥੇ ਆਏ ਨੇ, ਇੱਥੇ ਖਲੋਤਾ ਨਹੀਂ ਸੀ ਜਾਂਦਾ, ਬੜੀ ਬਦਬੋ ਮਾਰਦੇ ਸੀ। ਔਰ ਅਸੀਂ ਇਸੇ ਕਰਕੇ ਅੱਜ ਸਾਰੇ ਇੱਥੇ ਆਏ ਹਾਂ ਕਿ ਘੱਟੋ ਘੱਟ ਦੀ ਸ਼ੁਰੂਆਤ ਜਿਹੜੀ ਹੈ ਸਫਾਈ ਜਿਹੜੀ ਸਾਡੀ ਪੱਟੀ ਸ਼ਹਿਰ ਵਿੱਚ ਬਹੁਤ ਜ਼ਰੂਰੀ ਹੈ। ਔਰ ਇਹ ਸ਼ੁਰੂਆਤ ਕਰਕੇ ਨਾਲ ਅਸੀਂ ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ, ਹਰ ਘਰ ਦੇ ਵਿੱਚੋਂ ਕੂੜਾ ਇਕੱਠਾ ਕਰਨ ਵਾਸਤੇ ਅਸੀਂ ਵੇਸਟ ਮੈਨੇਜਮੈਂਟ ਪ੍ਰੋਗਰਾਮ ਜਿਹੜਾ ਬਣਾਇਆ ਹੈ, ਔਰ ਅਸੀਂ ਉਹਦੇ ਵਾਸਤੇ ਬੜੇ ਵੱਡੇ ਪੱਧਰ 'ਤੇ ਆਏ ਜੇ ਪਾਇਲਟ ਪ੍ਰੋਜੈਕਟ ਅਸੀਂ ਪੰਜਾਬ ਸਰਕਾਰ ਤੋਂ ਜੀ ਪਰਮਿਸ਼ਨ ਲੈ ਲਈ ਹੈ। ਔਰ ਕੁਝ ਦਿਨਾਂ ਦੇ ਵਿੱਚ ਅਸੀਂ ਹਰ ਘਰ ਦੇ ਵਿੱਚ ਦੋ ਦੋ ਡਸਟਬਿਨ ਦੇਵਾਂਗੇ, ਔਰ ਉੱਥੇ ਕੂੜਾ ਇਕੱਠਾ ਕਰਿਆ ਕਰਾਂਗੇ, ਸੁੱਕਾ ਕੂੜਾ ਵੀ ਅਤੇ ਗਿੱਲਾ ਕੂੜਾ ਵੀ। ਔਰ ਅਸੀਂ ਚਾਹੁੰਦੇ ਕਿ ਘੱਟੋ ਘੱਟ ਜੇ ਹੋਰ ਅਸੀਂ ਕੁਛ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਸ਼ਹਿਰ ਵਿੱਚੋਂ ਗੰਦਗੀ ਨਾ ਲੋਕਾਂ ਨੂੰ ਦਈਏ। ਜਿਹੜੀ ਗੰਦਗੀ ਲੋਕਾਂ ਦੀਆਂ ਗਲੀਆਂ ਵਿੱਚ, ਲੋਕਾਂ ਦੇ ਘਰਾਂ ਦੇ ਬਾਹਰ ਡਿੱਗੀ ਪਈ ਹੈ, ਉਹ ਗੰਦਗੀ ਅਸੀਂ ਖਤਮ ਕਰਨਾ ਚਾਹੁੰਦੇ ਹਾਂ। ਔਰ ਇਸ ਗੰਦਗੀ ਤੋਂ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਨੇ, ਔਰ ਬਿਮਾਰੀਆਂ ਦਾ ਇਲਾਜ ਕਰਾਉਣ ਵਾਸਤੇ ਸਾਡੇ ਲੋਕਾਂ ਕੋਲ ਪੈਸੇ ਨਹੀਂ ਹੈਗੇ। ਜੇ ਅਸੀਂ ਇਲਾਜ ਕਰ ਨਹੀਂ ਸਕਦੇ, ਅਸੀਂ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਦੇ ਸਕਦੇ, ਤਾਂ ਘੱਟੋ ਘੱਟ ਸਾਨੂੰ ਇਸ ਗੰਦਗੀ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਵੀ ਗੰਦਗੀ ਨੂੰ ਚੁਕਾਈਏ। ਔਰ ਇਹਦੇ ਵਾਸਤੇ ਅਸੀਂ ਪ੍ਰੋਗਰਾਮ ਬਣਾਇਆ ਕਿ ਇੱਕ ਤਾਂ ਇਹ ਅਸੀਂ ਅੱਜ ਸਾਰੇ ਨਾਲ ਮੁਲਾਜ਼ਮ ਵੀ ਲੈ ਕੇ ਆਏ ਹਾਂ ਸਾਡੇ ਸ਼ਹਿਰ ਦੇ, ਔਰ ਸਾਰਾ ਕੁਛ ਚੁਕਾਵਾਂਗੇ ਸਾਰੇ। ਅਵਤਾਰ ਢਿੱਲੋਂ, ਦਿਵਯ ਪੰਜਾਬ ਟੀਵੀ, ਪੱਟੀ।